ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ, ਅੰਦਰ ਉੱਤਰ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ। ਲਓ ਜੀ, ਅੱਜ ਤਿਆਰੀ ਕਰਨ ਲੱਗੇ ਹਾਂ ਜੀ। ਅੱਜ ਜਾਣਾ ਜੀ ਅਸੀਂ ਛੋਟਾ ਜਿਹਾ ਇੱਕ ਫੰਕਸ਼ਨ ਕਰਨ ਦੇ ਵਾਸਤੇ, ਜਿਸ ਦੇ ਵਿੱਚ ਸਮਝ ਲਓ ਮੇਰੀ ਫੈਮਿਲੀ ਇਕੱਲੀ ਅਤੇ ਇੱਕ ਮੇਰੀ ਸਿਸਟਰ ਆਊਗੀ ਜੀ, ਅਤੇ ਉਸ ਤੋਂ ਬਾਅਦ ਮੇਰੇ ਸਹੁਰਿਆਂ ਵਿੱਚ ਅਤੇ ਇੱਕ ਮੇਰੀ ਸਾਸੂ ਮਾਂ ਹੋਊਗੀ ਅਤੇ ਸਾਡੀ ਫੈਮਿਲੀ ਹੋਊਗੀ। ਉਸ ਤੋਂ ਬਾਅਦ ਵਿੱਚ ਉੱਧਰ ਜੈਸਮੀਨ ਵਾਸਤੇ ਜਿਹੜਾ ਲੜਕਾ ਦੇਖਿਆ ਹੋਇਆ ਉਹਦੇ ਵਾਸਤੇ ਉਹਦੀ ਫੈਮਿਲੀ ਦਾ ਹੀ ਹੈ ਬਸ, ਜਿੰਨਾ ਕੁ ਵੀ ਹੈਗਾ ਪ੍ਰੋਗਰਾਮ ਜਾ ਅੱਜ ਰੋਕਾ ਕਰਕੇ ਆਉਣਾ ਜੀ। ਅਤੇ ਜਿਹਦੇ ਸੰਬੰਧ ਦੇ ਵਿੱਚ ਸਵੇਰੇ ਸਵੇਰੇ ਉੱਠ ਕੇ ਬੜੀਆਂ ਤਿਆਰੀਆਂ ਜਿਹੀਆਂ ਸ਼ੁਰੂ ਹੋਈਆਂ ਵੀਆਂ। ਸਭ ਤੋਂ ਪਹਿਲਾਂ ਤਾਂ ਅੱਜ ਸਵੇਰੇ 3 ਵਜੇ ਉੱਠ ਕੇ ਨਹਾ ਧੋ ਕੇ ਸਾਰੇ ਜਣੇ ਮੱਥਾ ਟੇਕ ਕੇ ਆਏ ਜੀ ਦਾਊਂ ਸਾਹਿਬ ਗੁਰਦੁਆਰਾ 'ਚ, ਕਿਉਂਕਿ ਅੱਜ ਐਤਵਾਰ ਵੀ ਹੈਗਾ ਹੈ। ਐਤਵਾਰ ਨੂੰ ਚਲੋ ਸਾਡੀਆਂ ਚੌਂਕੀਆਂ ਸੁੱਖੀਆਂ ਹੋਈਆਂ ਸੀਗੀਆਂ, ਮਾਲਕ ਦੇ ਦਰਬਾਰ 'ਤੇ ਵੀ ਸੱਚਾ ਪਾਤਸ਼ਾਹ ਤਾਂ ਤੰਦਰੁਸਤੀ ਆ ਜੇ ਘਰ ਦੇ ਵਿੱਚ, ਉਹ ਚੱਲ ਪਿਆ ਸਿਲਸਿਲਾ ਪਿਛਲੇ 2-3 ਹਫ਼ਤਿਆਂ ਤੋਂ ਲਗਾਤਾਰ ਜਾ ਰਹੇ ਹਾਂ ਮੋਰਨਿੰਗ ਟਾਈਮ। ਅੱਜ ਵੀ ਗਏ ਅਤੇ ਦੁਬਾਰੇ ਆ ਕੇ ਫਿਰ ਪੈ ਗਏ, ਦੁਬਾਰੇ ਥੋੜ੍ਹੇ ਜਿਹਾ ਆ ਕੇ ਮਤਲਬ ਕਹਿਣ ਦਾ ਵਾ ਠਾਲੇ ਹਲਾ ਹਲੂਕੇ ਉੱਠ ਖੜ੍ਹੇ, ਕਰਨਵੀਰ ਅੰਦਰ ਨਹਾਉਣ ਲੱਗਿਆ ਵਾ, ਛੋਟੀ ਜਿਹੀ ਗੁੜੀਆ ਵੀ ਫਿਰ ਨਹਾ ਲਈ ਦੁਬਾਰੇ, ਨਹੀਂ ਅੱਧ ਵਜੇ ਅੱਧੇ ਜੇ ਸੁੱਤੇ ਪਏ ਅਤੇ ਮੈਂ ਹਲ ਇਸ਼ਨਾਨ ਕਰਨੇ ਆ। ਅਤੇ ਦੂਸਰੀ ਗੱਲ ਹੈਗੀ ਜੀ, ਬਾਕੀ ਸਾਰੇ ਲੱਗੇ ਹੋਏ ਵਿੱਕੀ ਪ੍ਰੈਸ ਵਗੈਰਾ ਲੱਗਿਆ ਹੋਇਆ ਕਰਨ, ਜਾਣੀ ਅੱਜ ਅਸੀਂ ਤਕਰੀਬਨ 10-10:30 ਜਾਂ 11 ਵਜੇ ਰੋਕਾ ਕਰਨਾ ਹੈ ਜੀ ਜੈਸਮੀਨ ਦਾ, ਅਤੇ ਉਹਦਾ ਵੀ ਸ਼ਾਇਦ ਆਪਾਂ ਸਾਰਾ ਬਲੌਗ ਬਣਾ ਕੇ ਪਾ ਦਈਏ ਜਦੋਂ ਰੋਕੇ ਵਾਲਾ ਹੋਊਗਾ। ਬਾਕੀ ਦੇਖਦੇ ਹਾਂ ਅੱਗੇ ਮਾਹੌਲ ਦੇ ਹਿਸਾਬ ਗੱਲ ਹੈ ਵੀ ਉੱਥੇ ਮੈਂ ਸ਼ਗਨ ਵਿਹਾਰ ਕਰੂੰਗਾ ਜਾਂ ਬਲੌਗ ਬਣਾਊਂਗਾ, ਇਹ ਸਾਰਾ ਕੁਝ ਦੇਖਣਾ ਪੈਣਾ ਮੈਨੂੰ ਮੌਕੇ 'ਤੇ ਕੀ ਸਿਚੁਏਸ਼ਨ ਬਣਦੀ ਹੈ ਖਾਧੀ ਸਾਰੀ। ਅਤੇ ਕਰਨਵੀਰ ਨੇ ਸਿਰ ਵੀ ਨਹਾ ਲਿਆ ਮੇਰੇ ਪੁੱਤ ਨੇ ਅਤੇ ਪਿੰਡਾ ਵੀ ਨਹਾ ਲਿਆ, ਅਤੇ ਹੁਣ ਇਹਨੇ ਕਰਨੀਆਂ ਚੇਂਜ ਵਗੈਰਾ, ਅਤੇ ਉਹਨਾਂ ਟਾਈਮ ਦੇ ਵਿੱਚ ਆਪਾਂ ਅੰਦਰ ਤੁਹਾਨੂੰ ਸਾਰਿਆਂ ਨੂੰ ਮਿਲਾ ਦਿੰਦੇ ਹਾਂ। ਸੰਭਰ ਸੰਭਰਾਈ ਦਾ ਕੰਮ ਹਲ ਪਿਆ, ਧੁੱਪ ਚੜਿਆ ਜੀ, ਇੱਧਰ ਕੋਈ ਇੱਧਰ ਸਾਫ਼ ਸਫਾਈ ਹੋ ਗਈ, ਸੁਖਵੀਰ ਨੂੰ ਭਾਂਡੇ ਧੋਣ ਲੱਗੀਆਂ ਵੀ ਇੱਧਰ, ਭਾਬੀ ਆ ਗਈ ਸਾਡੀ ਰੋਟੀ ਪਕਾਉਣ, ਲੇਟ ਲੇਟ ਛੇਤੀ ਜਾਣਾ ਪਹਿਲਾਂ ਆਪਾਂ ਦਾਊਂ ਸਾਹਿਬ ਗਏ ਸੀਗੇ, ਡੰਗਰ ਡੁੰਗਰ ਰੱਖ ਕੇ ਚੋਏ ਆ, ਮੈਂ ਦੀਦੀ ਤੁਸੀਂ ਥੋੜੀ ਜਿਹੀ ਹੈਲਪ ਕਰਵਾ ਦੋ, ਪਕੜੇ ਪਾ ਲਾ ਪੁੱਤ ਹੁਣ, ਹਾਂ ਠੰਡ ਲੱਗਦੀ ਹੈ। ਗੱਡੀ ਚ ਨੀ ਜਾਣਾ ਮੇਰੇ ਨਾਲ ਘੁੰਮਣ, ਬਹੁਤ ਜੋਜੀ ਕਾਲ ਯਾਰ ਰੋਂਡੀ ਰੋਂਡੀ ਮਿੱਟੂ ਦਾ ਤੂੰ ਸਾਡੇ ਨਾਲ, ਮੈਂ ਨੀ ਫਿਰ ਮੈਂ ਚੱਲਿਆ, ਮੈਂ ਤਾਂ ਚੱਲਿਆ ਬਈ, ਠੀਕ ਹੈ ਬਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਤੂੰ ਦੱਸ ਵੀ ਠੀਕ ਆ? ਹਾਂ ਬਸ ਠੀਕ ਹੈ। ਜਿਹੜਾ ਇੰਜੈਕਸ਼ਨ ਆ ਉਹ ਵੀ ਕਿ ਮੈਂ ਕਹਿੰਦਾ ਲਾ ਕੇ ਚੱਲੀ ਉਹਦੇ ਤਾਂ ਚੰਗਾ ਹੀ ਰਹੂੰਗਾ ਮੇਰੇ ਖਿਆਲ 'ਚ। ਹਾਂ ਤੇ ਤੂੰ ਕੀ ਕਰਦੇ ਬਹੁਤ ਬੁਰਾ ਉਹਨਾਂ ਟਾਈਮ ਉਸ ਦੇ ਵਿੱਚ ਛੱਡ ਪਈ ਹੈ। ਇੱਕ ਮਿੰਟ ਕੀ ਆ ਰਸਮੀ ਬਹੁਤ ਬੜੇ ਲੱਗਦੇ ਆ ਇਹ, ਅੱਜ ਹੀ ਜਾਣਾ ਤੇ ਕਿਹੜਾ ਆਪਣੀ ਗੋਲ ਜਾਣਾ ਹੈ ਖੜੀ ਗੋਡੀ ਚੱਲ ਰਾ ਮਾ ਤਾਂ ਖਾਸੀ ਉਹ ਬੜੀਆਂ ਵਾਲੇ ਕਮੀਜ਼ ਦਾ ਸਰ ਵੀ ਜਾਊ, ਨਹੀਂ ਆ ਉਹਦੇ ਵਿੱਚ ਪਿਆ ਉਹ ਸ਼ਰਟ ਵੀ ਪਈ ਆ ਉਹਦੇ ਐ ਕਾ ਹੈ ਤੇਰੀ ਕੁੱਤੇ ਦੀ ਇਹ ਜੋ ਸ਼ਰਟ ਇਹ ਮਾਜੂ ਕੁੜੀਓ ਕਿੰਨਾ ਚੋ ਨਾ ਛੂਤ ਮਾਂ ਦੀ ਵੀਦੀ ਆਏ ਤਾਂ ਭਾਈ ਦਨੇ ਨਵੇਂ ਪਕੜੇ ਮੰਮੀ ਕੋਲ ਹਰ ਇੱਕ ਹੇ ਨਵੇਂ ਪਕੜੇ ਲੈ ਵੀ ਹੋ ਗਿਆ ਚੁਗਲੀਆਂ ਸ਼ੁਰੂ ਕੋਈ ਕਿਹਾ ਚੱਕਰ ਆਉਣੇ ਮੈਂ ਨੀ ਕਰ ਸਕਦਾ।
मैं सवेरे उठ के कहती कहनी मैं पापा तू काका मैं पापा चाह तो लिया फिर तेरी कुत्ते पुत दी कौन पापा दस बी कौन पापा है कौन काका दस बल तू पापा मैं काका है ठीक है कोई ओके ओ तू बंदा बंदा चलो चल चल फट फट कर रहा कोड़ तो कोड़ दीदी यार पापा चाह दे दो आंटी कहते हाँ हाँ मैं चाह उन्होंने सब पहला तो सत श्रीकाल सारे पहला मैं प्रेस लग्या पता जी कारण उस करके मैं ध्यान नहीं कर वीडियो बन रही थी तो मैं हम बाई ने दसिया भी ब्लॉग शुरू हो गया था भी ज़्यादा तो सब तो औखा काम हों माँ बाप न आ टाइम जोड़ा सिचुएशन से अज पहुँचे हुए जी प्रशादा छक लिया तो मैं पग बन ली जी मैं संदीप और भाभी जी सवेर के चंबड़े हुए भी सब तो औखा बिक्की तैयार होंगे घर के भी बाकी सारे छेती तैयार होते भी बिक्की हो लेट हूँ मेरा जी मैं थोड़ा पता भी मैं दस्तार पग कद कद ही सजा वो करके ना फिर प्रॉपर सैटिंग जी नहीं आती बाई का तो रोज़ ही काम है बाई का जो कित ऊ भी जाना है रोपड़ में भी जाना तो बाई पग बन के जाना मैं ऐसे ही भरने से फिरी जाना अपने तो मेरी पग थोड़ी जी लुट के औखी होती बाई का हम देखो चुटकिया के लुट करता नहीं पर नहीं अज भी चुटकिया के नर्वनैस जी होंगी ना थोड़ी जी बंदे आ दूई बार पुनी कराई है बाई ने पहला पुनी भाभी जी को करवा के आए थे हूँ मेरे को लाड़ा जबाई का भी लोट आ रहा है भी टेंशन तो होंगी है चलो कोई नहीं वाहगुरु भला ही करे भी जो असी अपना शगना का कारोबार कर चले महाराज सारा कुछ सही सलामत सिरे चढ़ावे कोई बिगड़ ना पवे तो देख लो जी मैं कल प्रेस करा था कुर्ते पजामे की हालत देख लो क्या होगी हूँ जल पैन के टाइम बाई ने देख के आए हाथ जहाँ मार के खाना आ प्रेस किने करी है फिर होना पंगा खड़ा मेरी गल कल सारा चमकता था अज पता नहीं तू क्या बनया पैदा हूँ कुछ और बनया पे चल कोई नहीं देखते हैं प्रशादा छक के आनंद आ गया अच्छे सजरे सजरे छकिया मैं कहता 1.5-2 महीने बाद नहीं तो जी उ 12 बजे से लगभग कद 11:30 कद 12 बजे अच्छा मैं भी चल अज थोड़ा जहा दिल घूम जहाँ कर दा चल प्रशादा साझे भी छक लगा मैं आज लोट वाहेगुरु सतनाम करो कृपा सापर जिन्हें जिन्हें भाई धियाँ जमी है सारियां इस भागा समा मिले भी इदा जोड़े रीति रिवाज है रोकां करनिया मंगने ब्याह करने भी सारे सारे बापा अपन धियां का यह मौका मिले भी जोड़ा एक होर तरह का ट्रेंड चल रहा ना धियाँ अपनी मर्जी कर लगे कई भी वो ट्रेंड से थोड़ा जहा भी धियां भी समर्थ बख्शते महाराज तो माँ प्यो भी समर्थ बख्शते सारे पर समा आए ये खुशी खुशी धियां को अपने घर से तोड़न सारे धियां होंगे तो बगाना करना चलो हूँ भावुक दिया गल मैं करा तो फिर मेरे अखा तो पानी निकल आना पर नहीं वे भाई इधरले पासन जो नहीं जाइए तो ठीक है अजे तो जोड़ा सा 2 महीने आई प्रोसैस चलना बाकी डेटा आता तो पता लग गया भी अज मंगना करना तो ब्याह की डेट का भी दसांगे फिक्स करके पक्की भी कर दा कर नहीं हूँ तेरी मम्मी ने वैसे जी अच्छे मंगना नहीं करना है एक रोक जी करनी है मंगना तो अजे भी मान लो 6 महीने पहला बंद ने करना होंगे एक गज वगैरह गज बज के एक मंगना कर देने फिर साल बाद ब्याह कर लेंगे क्यों हूँ साड़ा ब्याह है एक महीने के बीच रख लिया अपने सारा कुछ अच्छा जिदे करके मंगना नहीं एक रोक ही करके आनी है गल्ला बातें वैसे सारिया क्लीयर हुई हुई इस कोई शक नहीं बस अज एक शगन जाए एक जब मैं कुड़ी पानी है ना जो कुछ एक दो दिन सिक्के इधर उधर बदलने बस यह रिवाज चलो ये करने ये भी जरूरी है हाँ समय के मुताबिक जिम्मे चल रहे थे
कुर्ता पजामा पाना चिट्टा मैं भी टावर कढ़नी है उसके बाद फिर पूते करो जाओ मेरे पा गुरु घर ठीक है चलो भी वाहेगुरु सतनाम उधर भाभी ने भी बेचारी ने हरियाली ने कम खिंचा मैं साफ सफाई प्रसाद सू पका के जी सिखाता मैं ही छकया हजे बाकी परिवार ने तो छकया नहीं है मैं भी छकना उन्होंने धन्यवाद है लगी भी फटाफट सफाई से झाड़ू पोचा जहाँ कर भी इन्हों का कम जाने तो पहला पहला मैं ना होकर इन्हें बढ़ा देना बाकी हूँ मिलते फिर तुम थोड़ी देर तक जी लो जी पहुंच गई साड़ी माता सब दुखी हो अपनी धी कहते तैयार हो जाए चिन्नी लेके तैयार मेन भी आई मैं कद कुछ लंबा फिर गया कदा पटाके पटुके जो लोग चले पे कोई उमस जी बन गई हो गया कुछ समझ नहीं लगी क्या कुछ था लो जी भाभी ससरी का बुला जाके चाहिए फिर सगर पा अच्छा मैं पापे मूहरे निकलना रोपण स्कूटरी लेके मैं उत्थे जाके थोड़ा जिहा समान समून जिहा ले लैंदा फोन कर दो तैयार नहीं होए आए होए पापा दी थल्ली ते पिछे हाथ ला के सारे रंग बिरंगा विक्की कहना लस्सी तुस रख लियो
तेल मिल जाना पूरी करवा परमात्मा ने खुशियां दा दिल लिया जी। परमात्मा ऐदां ही सब खुशियां वाला दिल लेके आवे जिदा सानू आया। नानी दोस्ता चलो जी ठीक है जी, हम जब तुरन लगेंगे अगले ब्लॉक च मिलते हैं।